ਅਸੀਂ ਪਿੰਡ ਮੈਸਮਪੁਰ ਦੇ ਵਿੱਚ ਅੱਜ ਆਏ ਹਾਂ। ਸਰਦਾਰ ਨਿਰਮਲ ਸਿੰਘ ਹੁਣਾਂ ਜੀ ਨੇ ਇਹ ਇਨੀਸ਼ੀਏਟਿਵ ਲਿਆ ਸੀ 550 ਰੁੱਖਾਂ ਦਾ ਜੰਗਲ ਲਵਾਉਣ ਦਾ, ਅਤੇ ਅੱਜ ਇਸ ਜੰਗਲ ਨੂੰ ਤਕਰੀਬਨ 10 ਮਹੀਨੇ ਜਿਹੜੇ ਹੋ ਗਏ ਨੇ ਜੀ। ਸੋ ਬਹੁਤ ਜ਼ਿਆਦਾ ਪਿਆਰੀ ਕੇਅਰ ਜਿਹੜੀ ਇਸ ਜੰਗਲ ਦੀ ਦੇਖਣ ਨੂੰ ਮਿਲ ਰਹੀ ਹੈ। ਕਚਨਾਰ ਜਿੰਨੇ ਵੀ ਇੱਥੇ ਰੁੱਖ ਚਨਾਰ ਦੇ ਲੱਗੇ ਆ ਸਾਰਿਆਂ ਨੂੰ ਫੁੱਲ ਆਏ ਹੋਏ। ਸਾਡੇ ਨਾਲ ਨੇ ਸਰਦਾਰ ਚਰਨਜੀਤ ਸਿੰਘ ਜੀ। ਸੋ ਸਤਿ ਸ਼੍ਰੀ ਅਕਾਲ ਸਰ ਜੀ। ਸੋ ਉਸ ਟਾਈਮ ਇੱਥੇ ਸੀਗੇ ਜਦੋਂ ਜੰਗਲ ਲੱਗਿਆ ਸੀ, ਅਤੇ ਇਹਦੀ ਕੇਅਰ ਤੁਸੀਂ ਕਿੱਦਾਂ ਕੀਤੀ, ਤੁਸੀਂ ਸਾਨੂੰ ਥੋੜ੍ਹਾ ਜਿਹਾ ਚਾਨਣਾ ਪਾਓ। ਸਰ ਪਾਣੀ ਪਾਉਂਦੇ ਰਹੇ ਆ, ਕਾਫੀ ਇਹਦੇ ਵਿੱਚੋਂ ਘਾਹ ਘੂ ਨਹੀਂ ਹੋਣ ਦਿੱਤਾ, ਅਤੇ ਦੋ ਦੋ ਟਾਈਮ ਪਾਣੀ ਪਾਉਂਦੇ ਸੀਗੇ ਗਰਮੀਆਂ ਦੇ ਵਿੱਚ। ਹੁਣ ਤਾਂ ਜਿੱਦਾਂ ਬੂਟੇ ਵੱਡੇ ਹੋ ਗਏ ਆ, ਹੁਣ ਘੱਟ। ਠੀਕ ਹੈ, ਅਤੇ ਗਰੋਥ ਸਾਨੂੰ ਕਿੱਦਾਂ ਲੱਗੀ 8 ਮਹੀਨੇ ਵਿੱਚ ਏਡੇ ਏਡੇ ਵੱਡੇ ਰੁੱਖ? ਬਹੁਤ ਵਧੀਆ ਹੋਏ ਆ, ਬਹੁਤ ਬੂਟੇ ਵਧੀਆ ਤੁਰੇ ਆ। ਕਿੜੀਆਂ ਇਹਦੇ ਵਿੱਚ ਕਾਫੀ ਆਉਂਦੀਆਂ ਹੁਣ ਛੋਟੀਆਂ ਛੋਟੀਆਂ ਜਿਹੜੀਆਂ ਹੈ, ਤਾਂ ਹੁਣ ਵੀ ਜਦੋਂ ਮੈਂ ਆਇਆ ਸੀਗਾ ਇਹਦੇ ਵਿੱਚ ਸੀਗੀਆਂ। ਜਦੋਂ ਉਹਨੂੰ ਸ਼ਾਮ ਪੈਂਦੀ ਆ, ਥੋੜ੍ਹਾ ਸੂਰਜ ਢਲ ਜਾਂਦਾ, ਉਦੋਂ ਉਹਨੂੰ ਇਹਦੇ ਵਿੱਚ ਵਾਜਾਂ ਆਉਂਦੀਆਂ, ਠੀਕ ਇਹਦੇ ਵਿੱਚ ਰਹਿੰਦੀਆਂ ਹੈ। ਹਾਲਾਂਕਿ ਸਰਦਾਰ ਨਿਰਮਲ ਸਿੰਘ ਜੀ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਇਹ ਵਾਧਾ ਹੋਇਆ ਜੰਗਲ, ਇਹ ਖਿੜਿਆ ਹੋਇਆ ਜੰਗਲ ਉਹਨਾਂ ਦੇ ਉੱਦਮ ਦਾ ਹੀ ਨਤੀਜਾ ਹੈ। ਆਓ ਆਪਾਂ ਵੀ ਸਾਰੇ ਰਲ ਮਿਲ ਕੇ ਅਜਿਹੇ ਗੁਰੂ ਨਾਨਕ ਪਵਿੱਤਰ ਜੰਗਲ ਲਗਾਈਏ, ਅਤੇ ਇਸ ਵਾਤਾਵਰਨ ਨੂੰ ਹਰਿਆ ਭਰਿਆ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।